ਪਿੰਡ ਮਾੜੀ ਮੇਗਾ ਸਥਿਤ ਤਹਿਸੀਲ ਪੱਟੀ ਦਾ ਪਿੰਡ ਮਾੜੀ ਮੇਗਾ ਅੰਮ੍ਰਿਤਸਰ ਡਲ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਪੱਟੀ ਤੋਂ 29 ਕਿਲੋਮੀਟਰ ਦੂਰ ਹੈ ਇਤਿਹਾਸਕ ਪਛੋਕੜ ਤੇ ਮਹੱਤਤਾ ਇਸ ਪਿੰਡ ਦੇ ਵਡੇਰੇ ਪਾਕਿਸਤਾਨ ਦੇ ਮਨਿਆਲ ਖਾਨ ਖੰਨਾ ਤੋਂ ਇੱਥੇ ਆ ਕੇ ਵਸੇ ਸਨ ਇਹ ਥਾਂ ਪਹਿਲਾਂ ਭੱਲੇ ਦੇ ਨੰਗਲ ਨਾ ਨਾਲ ਜਾਣੀ ਜਾਂਦੀ ਸੀ ਪੁਰਾਣੇ ਬਜ਼ੁਰਗ ਜੋ ਇੱਥੇ ਆ ਕੇ ਵਸੇ ਉਹ ਸਤਿਪ੍ਰਾ ਭਰਾ ਸਨ ਅਤੇ ਮੇਗਾ ਸਭ ਤੋਂ ਰੋਬ ਦਾਬ ਵਾਲਾ ਸੀ ਅਤੇ ਉਸ ਦੇ ਮਹਿਲ ਭਾਵ ਮਾੜੀ ਹੁੰਦੀ ਸੀ ਜਿਸ ਤੋਂ ਪਿੰਡ ਦਾ ਨਾਂ ਮਾੜੀ ਮੇਗਾ ਪੈ ਗਿਆ ਪਿੰਡ ਦੇ ਚਾਰ ਗੁਰਦੁਆਰਿਆਂ ਵਿੱਚੋਂ ਇੱਕ ਇਤਿਹਾਸਕ ਗੁਰਦੁਆਰਾ ਸ਼ਹੀਦਾਂ ਦਾ ਹੈ ਜੋ ਬਾਬੇ ਸੁਗੋਬਾਸ਼ੀ ਨਾਮੀ ਉੱਗੇ ਕਾਰੀਗਰ ਦੀ ਯਾਦ ਵਿੱਚ ਬਣਾਇਆ ਗਿਆ ਹੈ ਉਸਨੇ ਖੰਡੇ ਬਣਾ ਕੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਸ਼ ਕੀਤੇ ਸਨ ਇੱਥੇ ਤਾਈ ਜੇਟ ਨੂੰ ਭਾਰੀ ਮੇਲਾ ਲੱਗਦਾ ਹੈ ਪਿੰਡ ਵਿੱਚ ਇੱਕ ਮੰਦਿਰ ਅਤੇ ਇੱਕ ਗਿਰਜਾ ਘਰ ਵੀ ਹੈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਪਿੰਡਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ